ਸਕੋਡਾ ਤੇ ਫੋਰਚੂਨਰ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਸਕੋਡਾ ਗੱਡੀ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਭਿਆਨਕ ਸੜਕ ਹਾਦਸਾ ਵਾਪਰਿਆ ਫੋਰਚੂਨਰ ਗੱਡੀ ਅਤੇ ਸਕੋਡਾ ਗੱਡੀ ਦੀ ਆਮੋ ਸਾਹਮਣੇ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਮਦਭਾਗੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 79 ਸੈਕਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਦੋਵੇਂ ਹੀ ਗੱਡੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਪਰ ਇਸ ਹਾਦਸੇ ਦੇ ਵਿੱਚ ਸਕੋਡਾ ਸਵਾਰ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਫੋਰਚੂਨਰ ਕਾਰ ਸਵਾਰ ਦੱਸਿਆ ਜਾ ਰਿਹਾ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੋਵਾਂ ਹੀ ਗੱਡੀਆਂ ਦੀ ਰਫ਼ਤਾਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਤੇਜ਼ ਸੀ ਜਿਸ ਦੇ ਕਾਰਨ ਦੋਵਾਂ ਦੀ ਆਮੋ ਸਾਹਮਣੇ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਵੀ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਹੀ ਗੱਡੀਆਂ ਬੁਰੇ ਤਰੀਕੇ ਦੇ ਨਾਲ ਭੰਨੀਆਂ ਹੋਈਆਂ ਨੇ ਏਅਰਬੈਗ ਤੱਕ ਗੱਡੀਆਂ ਦੇ ਖੁੱਲ ਚੁੱਕੇ ਨੇ ਪਰ ਫਿਰ ਵੀ ਦੱਸਿਆ ਜਾ ਰਿਹਾ ਕਿ ਸਕੋਡਾ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਤਾਂ ਮੋਹਾਲੀ ਦੇ 79 ਸੈਕਟਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਤੇਜ਼ ਰਫ਼ਤਾਰ ਹਾਦਸੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਫੋਰਚੂਨਰ ਗੱਡੀ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਸਕੋਡਾ ਸਵਾਰ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮੋਹਾਲੀ ਤੋਂ ਇਹ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੜਕ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ रात सैक्टर 79 ਦੇ ਵਿੱਚ ਐਕਸੀਡੈਂਟ ਹੋਇਆ ਕੀ ਹੁਣ ਤੱਕ ਰਿਪੋਰਟ ਹੈ ਇਹਦੇ ਵਿੱਚ ਹਾਂਜੀ ਰਾਤੀ ਇੱਕ ਬੜਾ ਅਨਫੋਰਚੂਨੇਟ ਇੰਸੀਡੈਂਟ ਹੋਇਆ ਜੀ ਜਿਹਦੇ ਵਿੱਚ ਦੋ ਗੱਡੀਆਂ ਇੱਕ ਚਿੱਟੀ ਫੋਰਚੂਨਰ PV65 BG00 64 ਜਿਹੜੀ ਕਿ ਏਅਰਪੋਰਟ ਰੋਡ ਵੱਲੋਂ ਆ ਰਹੀ ਸੀ ਅਤੇ ਇੱਕ ਸਕੋਡਾ ਸੁਪਰਬ ਜਿਹਦੇ ਵਿੱਚ ਦੋ ਬੰਦੇ ਸੀ ਜਿਨ੍ਹਾਂ ਦੇ ਨਾਮ ਦਲਜੀਤ ਸਿੰਘ ਅਤੇ ਗੁਰਬੰਤ ਸਿੰਘ ਰਾਲਟੇਨੋ ਸੀ ਜਿਹੜੀ ਆਪਸ 'ਚ ਟਕਰਾ ਗਈਆਂ ਅਤੇ ਸਕੋਡਾ ਵਾਲੇ ਦੋਨੇ ਮਤਲਬ ਕਿ ਵਿਅਕਤੀਆਂ ਦੀ ਮੌਤ ਹੋ ਗਈ ਮੌਕੇ 'ਤੇ ਅਤੇ ਇਸ ਸੰਬੰਧ ਦੇ ਵਿੱਚ ਅਸੀਂ FI ਨੰਬਰ 307/24 ਦਰਜ ਕਰ ਦਿੱਤੀ ਹੈ ਜੀ ਅਤੇ ਜਿਹੜਾ ਦੋਸ਼ੀ ਹੈ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਉਹਦੀ ਉਹਨੂੰ ਜਲਦ ਹੀ ਵਿਦ ਇਨ ਨੋ ਟਾਈਮ ਅਸੀਂ ਅਰੈਸਟ ਕਰ ਲਾਂਗੇ ਸਕੋਡਾ ਅਤੇ ਫੋਰਚੂਨਰ ਗੱਡੀ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਸਕੋਡਾ ਗੱਡੀ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਭਿਆਨਕ ਸੜਕ ਹਾਦਸਾ ਵਾਪਰਿਆ ਫੋਰਚੂਨਰ ਗੱਡੀ ਅਤੇ ਸਕੋਡਾ ਗੱਡੀ ਦੀ ਆਮੋ ਸਾਹਮਣੇ ਦੀ ਟੱਕਰ ਹੋਈ ਹੈ ਜਿਸ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਬੇਹੱਦ ਹੀ ਮਦਭਾਗੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ 79 ਸੈਕਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਦੋਵੇਂ ਹੀ ਗੱਡੀਆਂ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ ਪਰ ਇਸ ਹਾਦਸੇ ਦੇ ਵਿੱਚ ਸਕੋਡਾ ਸਵਾਰ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਦਕਿ ਫੋਰਚੂਨਰ ਕਾਰ ਸਵਾਰ ਦੱਸਿਆ ਜਾ ਰਿਹਾ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੋਵਾਂ ਹੀ ਗੱਡੀਆਂ ਦੀ ਰਫ਼ਤਾਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਤੇਜ਼ ਸੀ ਜਿਸ ਦੇ ਕਾਰਨ ਦੋਵਾਂ ਦੀ ਆਮੋ ਸਾਹਮਣੇ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਵੀ ਹਾਦਸੇ ਦੀਆਂ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਹੀ ਗੱਡੀਆਂ ਬੁਰੇ ਤਰੀਕੇ ਦੇ ਨਾਲ ਭੰਨੀਆਂ ਹੋਈਆਂ ਨੇ ਏਅਰਬੈਗ ਤੱਕ ਗੱਡੀਆਂ ਦੇ ਖੁੱਲ ਚੁੱਕੇ ਨੇ ਪਰ ਫਿਰ ਵੀ ਦੱਸਿਆ ਜਾ ਰਿਹਾ ਕਿ ਸਕੋਡਾ ਸਵਾਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਤਾਂ ਮੋਹਾਲੀ ਦੇ 79 ਸੈਕਟਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤਾਂ ਤੇਜ਼ ਰਫ਼ਤਾਰ ਹਾਦਸੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਫੋਰਚੂਨਰ ਗੱਡੀ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਸਕੋਡਾ ਸਵਾਰ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਮੋਹਾਲੀ ਤੋਂ ਇਹ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੜਕ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਰਾਤ ਸੈਕਟਰ 79 ਦੇ ਵਿੱਚ ਐਕਸੀਡੈਂਟ ਹੋਇਆ ਕੀ ਹੁਣ ਤੱਕ ਰਿਪੋਰਟ ਹੈ ਇਹਦੇ ਵਿੱਚ ਹਾਂਜੀ ਰਾਤੀ ਇੱਕ ਬੜਾ ਅਨਫੋਰਚੂਨੇਟ ਇੰਸੀਡੈਂਟ ਹੋਇਆ ਜੀ ਜਿਹਦੇ ਵਿੱਚ ਦੋ ਗੱਡੀਆਂ ਇੱਕ ਚਿੱਟੀ ਫੋਰਚੂਨਰ PV65 BG00 64 ਜਿਹੜੀ ਕਿ ਏਅਰਪੋਰਟ ਰੋਡ ਵੱਲੋਂ ਆ ਰਹੀ ਸੀ ਅਤੇ ਇੱਕ ਸਕੋਡਾ ਸੁਪਰਬ ਜਿਹਦੇ ਵਿੱਚ ਦੋ ਬੰਦੇ ਸੀ ਜਿਨ੍ਹਾਂ ਦੇ ਨਾਮ ਦਲਜੀਤ ਸਿੰਘ ਅਤੇ ਗੁਰਬੰਤ ਸਿੰਘ ਰਾਲਟੇਨੋ ਸੀ ਜਿਹੜੀ ਆਪਸ 'ਚ ਟਕਰਾ ਗਈਆਂ ਅਤੇ ਸਕੋਡਾ ਵਾਲੇ ਦੋਨੇ ਮਤਲਬ ਕਿ ਵਿਅਕਤੀਆਂ ਦੀ ਮੌਤ ਹੋ ਗਈ ਮੌਕੇ 'ਤੇ ਅਤੇ ਇਸ ਸੰਬੰਧ ਦੇ ਵਿੱਚ ਅਸੀਂ FI ਨੰਬਰ 307/24 ਦਰਜ ਕਰ ਦਿੱਤੀ ਹੈ ਜੀ ਅਤੇ ਜਿਹੜਾ ਦੋਸ਼ੀ ਹੈ ਮੌਕੇ ਤੋਂ ਫਰਾਰ ਹੋ ਗਿਆ ਸੀ ਅਤੇ ਉਹਦੀ ਉਹਨੂੰ ਜਲਦ ਹੀ ਵਿਦ ਇਨ ਨੋ ਟਾਈਮ ਅਸੀਂ ਅਰੈਸਟ ਕਰ ਲਾਂਗੇ